कनेडा दे विच बस हादसे दौरान अमृतसर दे रहण वाले नौजवान दी मौत हो गई है, जिस तों बाद मृतक नौजवान दे घर सोग दी लहर पाई जा रही है। हादसे तों बाद बुजुर्ग माता सने पूरा परिवार दा रो रो के बुरा हाल होया पिया। ताहा मार मार के रो रहे परिवार दा दुख देखा नहीं जा रहा। एक होनहार अते जवान पुत्र दी बेवकती मौत दे नाल परिवार पूरी तरीके दे नाल टुट चुके है। जिक्रयोग है कि अमृतसर देहाती दे बाबा बकाला साहिब सब डिवीजन दे पिंड बुताला दा रहण वाला करनजोत सिंह सोढी 4 महीने पहला ही कनेडा गया सी अते एतवार नू एक भयानक बस हादसे दा ओ शिकार हो गया। मृतक करनजोत सिंह सोढी अपने पिछे अपना परिवार छड्ड गया, जिस दे विच उसकी बुजुर्ग माता पत्नी अते एक 8 साल दा बेटा ते एक 3 साल दी धी है। उथे परिवार दे वल्लों हुण अपील की जा रही है कि उन्हां दे परिवारक मैंबर दी मृतक देह नूं भारत वापस लिआंदा जावे तां जो ओह रस्मां रिवाजां दे नाल उसदा अंतिम संस्कार कर सकन। की दसां घरों अपने फ्रेंड कोई चलिया सी, स्कूल बंद सी इहनां दे रेस्टोरेंट हुण ਅਤੇ ਛੁੱਟੀਆਂ ਸੀ ਅਤੇ ਕਹਿੰਦਾ ਫਰੈਂਡ ਕੋਲ ਚੱਲ ਜਾਂਦਾ ਵਾ, ਉਨੇ ਦਿਨ ਅਸੀਂ ਉੱਥੇ ਦੋਸਤਾਂ ਯਾਰਾਂ ਕੋਲ ਰਵਾਂਗੇ ਇਕੱਲੇ, ਇੱਥੇ ਕੀ ਕਰਨਾ ਹੈ। ਉਹਦੇ ਕੋਲ ਪਹੁੰਚ ਹੀ ਨਹੀਂ ਪਾਇਆ ਵਿਚਾਰਾ, ਹਾਏ ਰਸਤੇ 'ਚ ਹੀ ਉਹਦਾ ਬਸ। ਕਿੰਨਾ ਚਿਰ ਹੋ ਗਿਆ? 4-4.5 ਸਾਲ ਹੋ ਗਏ। ਅਗਸਤ 'ਚ ਗਿਆ ਸੀ, 4 ਮਹੀਨੇ, 4.5-4 ਮਹੀਨੇ। ਹਾਂਜੀ, 4.5-4 ਮਹੀਨੇ, 11 ਅਗਸਤ ਨੂੰ ਗਿਆ ਸਾ ਜੀ, ਹੈ ਨਾ। 11 ਅਗਸਤ ਨੂੰ, 2 ਦਸੰਬਰ ਨੂੰ 4 ਮਹੀਨੇ ਹੋ ਗਏ ਆ, ਥੋੜ੍ਹੇ ਕੁ ਦਿਨ ਉੱਪਰ ਹੋ ਗਏ ਜੇ। ਪਹਿਲਾਂ ਆਸਟ੍ਰੇਲੀਆ 10-11 ਸਾਲ ਲਗਾ ਕੇ ਆਇਆ। ਹਾਂਜੀ, ਆਸਟ੍ਰੇਲੀਆ ਗਿਆ ਸੀ, ਉੱਥੇ ਪੀ ਆਰ ਨਹੀਂ ਹੋ ਸਕੀ। ਮੇਰਾ ਇੱਕ ਬੇਟਾ, ਇੱਕ ਛੋਟੀ, ਇਸ ਤੋਂ ਇੱਕ ਬੇਟੀ ਹੈ, ਅਤੇ ਇਸ ਬੇਟੇ ਦੇ 2 ਬੱਚੇ ਨੇ, ਨੂੰਹ ਹੈ ਸਾਡੀ, ਅਤੇ ਉਹਦੇ 2 ਬੱਚੇ ਨੇ, ਇਹਦੀ ਵਾਈਫ ਅਤੇ 2 ਬੱਚੇ। ਮਤਲਬ ਕੋਈ ਪਤਾ ਲੱਗਾ ਘਟਨਾ ਦਾ ਕਿ ਹੁਣ ਤੱਕ ਜਿਵੇਂ ਮੁੰਡਾ ਕੋਈ ਅੰਤਮ ਰਸਮਾਂ ਹੈਗੀਆਂ ਉਹਦੇ ਵਾਸਤੇ ਜਾਣੀ? ਅਜੇ ਕੁਛ ਨਹੀਂ ਪਤਾ ਲੱਗਾ ਨਾ, ਸਾਨੂੰ ਕੀ ਪਤਾ ਇਹਨਾਂ ਗੱਲਾਂ ਦੀਆਂ, ਕੋਈ ਨੌਲੇਜ ਸਾਨੂੰ? ਵੇਖੋ, ਸਾਨੂੰ ਕੁਛ ਨਹੀਂ ਪਤਾ। ਮੈਂ ਕਿਤੇ ਅਸੀਂ ਐਰੀ ਕੋਈ ਉਮਰ ਦੱਸੋ, ਮੈਂ ਕਾਹਦੇ ਜੋਗੀ ਹਾਂ? ਮੈਂ ਨਹੀਂ ਕਾਹਦੇ ਜੋਗੀ ਹੂੰ, ਮੈਨੂੰ ਤਾਂ ਮਾਰ ਕੇ ਸੁੱਟ ਗਿਆ। ਕੁਛ ਕਾਟੋ ਮੰਗ ਕਰਨਾ ਚਾਹੁੰਦੇ ਕੋਈ ਕੁਝ ਸਕਦੇ ਨੂੰ, ਮਤਲਬ ਜੇਕਰ ਤੇ ਲਾਉਣਾ ਹੈਗਾ ਜਾਂ ਫਿਰ ਜਾਣਾ ਹੈਗਾ, ਤੁਸੀਂ ਉਹਨੂੰ ਲੈ ਕੁਛ ਕਹਿਣਾ ਚਾਹੋ? ਇਹ ਕਹਿੰਦੀ ਚਲੋ ਬੱਚੇ ਉਹਦੇ ਨੇ, ਮੈਂ ਵੀ ਉਹਦਾ ਮੂੰਹ ਵੇਖ ਲਈਏ, ਬੱਚੇ ਉਹਦੇ ਮੂੰਹ ਵੇਖ ਲੈਣਾ, ਆਪਣੇ ਵਾਈਫ ਉਹਦੀ, ਆਪਣੇ ਆਖਰੀ ਵਾਰੀ ਦਰਸ਼ਨ ਕਰ। ਅੰਮ੍ਰਿਤਸਰ ਤੋਂ ਦੈਨਿਕ ਸਵੇਰਾ ਦਿੱਲੀ, ਜੋਤੀ ਬਹਿਲ ਦੀ ਰਿਪੋਰਟ।